कौमीकर मीडिया चैनल वेक सुन रही देश विदेश की समूह सिख संगत नू दास गुरबिंदर सिंह भटिया फतेह अर्ज करता है जी। वाहेगुरु जी का खालसा, वाहेगुरु जी की फतेह। जिवें कि आप सारयां नू पता है कि असी कौमीकर चैनल जो है वो बहरीन देश दे विचों नौजवानों के सहयोग नाल चला रहे हाँ। तो इस कौमीकर मीडिया चैनल ते असी हर हफ्ते किसी ना किसी धार्मिक राजनीतिक ते समाजिक आगू नू आप जी दे रूबरू कराउंदे रहिंदे हाँ। इसे कड़ी नू अगे तोरदे होए अज असी जिस शख्सियत नू लैके हाजिर होए हाँ उन्हां दा सिख संघर्ष दे विच एक बहुत अहम रोल है। पंजाब दी जवानी जिस नू बेअंते बुचर ने मुख्यमंत्री पद ते बैठ के नाश कीता, उसने पंजाब दी जवानी दा फर्जी मुकाबले बना बना के खत्म करना शुरू कीता, जिस नू साडे सूरवीर योधिया ने उस नू धुर दी टिकट कटा के जो वह कतलेआम रोकिया, उस दे एक उसे योधिया विचों असी एक भाई लखविंदर सिंह नारंगवाल जी नू अज आप जी दे सन्मुख लेके आए हाँ। असी अपने प्रोग्राम विच भाई लखविंदर सिंह नारंगवाल साहब का स्वागत करते हाँ जी। हाँ जी भाई साहब जी, वाहेगुरु जी का खालसा, वाहेगुरु जी की फतेह जी। हाँ जी भाई साहब जी, सब तो पहले तुसी सानू अपने जन्म बचपन अपने माता पिता ते भैन भाइयों के नाम ते उन्हों बारे थोड़ा जानकारी दिओ जी। ਮੇਰਾ ਨਾਮ ਜੀ ਜਿਵੇਂ ਤੁਸੀਂ ਦੱਸ ਚੁੱਕੇ ਲਖਵਿੰਦਰ ਸਿੰਘ ਨਾਰੰਗਵਾਲ, ਪਿੰਡ ਨਾਰੰਗਵਾਲ ਜੀ ਲੁਧਿਆਣਾ ਜ਼ਿਲ੍ਹਾ ਵਿੱਚ, ਔਰ ਮੇਰੇ ਫਾਦਰ ਸਾਹਿਬ ਨੇ ਪੰਜਾਬ ਪੁਲਿਸ ਦੇ ਇੰਸਪੈਕਟਰ ਸਨ ਜੀ, ਸਾਹਿਬ ਨੇ ਜੀ। ਔਰ ਮਾਤਾ ਜੀ 2005 ਵਿੱਚ ਗ੍ਰੈਜੂਏਟ ਕੀਤੀ ਸੀ ਜੀ, ਸਿਸਟਰ ਨੇ ਜੀ ਬੋਲਿਆ ਸੀ ਕੋ ਸੈਂਟਰ ਦੇ ਜੀ ਬਿਹਾਰ, ਮੈਂ ਇਸ ਟਾਈਮ ਨੇ ਪ੍ਰੈਜੈਂਟ ਉਹਨਾਂ ਦੀ ਗ੍ਰਹਿ ਸਥਾਨ ਤੇ ਰਹਿ ਰਿਹਾ ਜੀ। हां जी भाई साहब जी, असीं पुछना चाहांगे आप जी दे मुढ़ला जीवन जानि कि आप जी दी मुढ़ली पढ़ाई कित्थों तुसीं हासिल कीती ते तुसीं किन्ना पढ़े हो? और उसके बाद ग्रेजुएशन कराए थे, उसके बाद मैं पीआईडी में चला गया जी पंजाब जी, स्पेशल स्किल्स में पीआईडी किया जी, उसमें मुझे मौका मिला जी सर्च करता 1995 का जी। हां जी भाई साहब जी, ਅਸੀਂ ਪੁੱਛਣਾ ਚਾਹਾਂਗੇ ਕਿ ਤੁਸੀਂ ਸਿੱਖ ਸੰਘਰਸ਼ ਦੇ ਨਾਲ ਕਦੋਂ ਤੋਂ ਜੁੜੇ ਹੋ ਤੇ ਤੁਹਾਡਾ ਗੁਰਮਤ ਦਾ ਤੁਹਾਡੇ ਪਰਿਵਾਰ ਤੇ ਕਦੋਂ ਤੋਂ ਗੁਰਮਤ ਦਾ ਪ੍ਰਭਾਵ ਹੈ ਜੀ? ਜਿਵੇਂ ਤੁਸੀਂ ਸਾਰੇ ਜਾਣਦੇ ਹੋ ਜੋ ਇੱਕ ਅਪਰ ਜਿਹਾ ਸਿੱਖ ਗਰੋਹ ਥਾ, ਮੇਰੀ ਫੈਮਿਲੀ ਵਿੱਚ ਵੀ ਮੈਨੂੰ ਇਹ ਸੰਸਕਾਰ ਮਿਲੇ ਸਨ ਜੀ, ਮੇਰੇ ਦਾਦਾ ਜੀ ਤੋਂ ਜੀ, ਸਾਡੇ ਸਾਈਡ ਦੇ ਰਿਲੇਟਿਵ ਸੀ, ਉਹਨਾਂ ਤੋਂ ਹੀ ਮੈਨੂੰ ਸੰਸਕਾਰ ਮਿਲੇ ਸਨ ਤੇ ਉਹਨਾਂ ਨੇ ਮੈਂ ਸਾਨੂੰ ਕਰਦਾ ਹਾਂ, ਉਹਨਾਂ ਨੇ ਮੈਨੂੰ ਕਰਦਾ ਹਾਂ ਜੀ। ਜਿਵੇਂ ਕਿ ਅਸੀਂ ਸਾਰੇ ਵੈਸੇ ਤਾਂ ਜਾਣਦੇ ਹਾਂ ਕਿ ਤੁਹਾਡੇ ਫਾਦਰ ਸਾਹਿਬ ਜੋ ਪੰਜਾਬ ਪੁਲਿਸ ਵਿੱਚ ਸਰਵਿਸ ਕਰਦੇ ਸਨ ਅਤੇ ਤੁਸੀਂ ਵੀ ਪੰਜਾਬ ਪੁਲਿਸ ਵਿੱਚ ਸ਼ਾਇਦ ਸਰਵਿਸ ਕਰਦੇ ਸੀ, ਅਤੇ ਤੁਸੀਂ ਕਦੋਂ ਤੋਂ ਜੁਆਇਨ ਕੀਤਾ ਔਰ ਕਿੰਨਾ ਚਿਰ ਤੁਸੀਂ ਡਿਊਟੀ 'ਤੇ ਔਨਲਾਈਨ ਰਹੇ? ਜਦ ਤੱਕ ਇਹ ਜਿਹੜਾ ਸੀ ਇਹ ਪੇਂਟਿੰਗ ਅਤਿਆਕਾਂਡ ਨਹੀਂ ਹੋ ਜਾਂਦਾ ਉਦ ਤੱਕ ਮੈਂ। ਠੀਕ ਹੈ ਜੀ, ਅਤੇ ਜਿਸ ਤਰ੍ਹਾਂ ਉਸ ਵੇਲੇ ਨੌਜਵਾਨੀ ਦਾ ਘਾਣ ਪੰਜਾਬ ਦੇ ਜੋ ਸਾਬਕਾ ਮੁੱਖ ਮੰਤਰੀ ਬੇਅੰਤੇ ਬੁੱਚੜ ਨੇ ਕਰਵਾਇਆ, ਫਰਜ਼ੀ ਮੁਕਾਬਲੇ ਬਣਾਏ, ਕੋਈ ਦਿਨ ਐਸਾ ਨਹੀਂ ਸੀ ਪੰਜਾਬ ਵਿੱਚ ਜਿੱਥੇ ਕਿ ਸ਼ਮਸ਼ਾਨ ਘਾਟ ਵਿੱਚ ਕਿਸੇ ਵੀ ਨੌਜਵਾਨ ਗੱਭਰੂ ਦੀ ਲਾਸ਼ ਦੀ ਚਿਖਾ ਨਾ ਜਲਦੀ ਹੋਵੇ, ਅਤੇ ਉਹ ਸਭ ਨੂੰ ਜਿਸ ਵੇਲੇ ਰੋਕਣ ਲਈ ਸਿੰਘਾਂ ਨੇ ਇਹ ਐਕਸ਼ਨ ਕੀਤਾ ਜੋ ਬੇਅੰਤ ਸਿੰਘ ਦਾ ਕੀਰਤਨ ਸੋਹਲਾ ਪੜਿਆ ਗਿਆ, ਉਸ ਵਿੱਚ ਤੁਹਾਡਾ ਕੀ ਰੋਲ ਸੀ ਤੇ ਤੁਸੀਂ ਕਿਸ ਤਰ੍ਹਾਂ ਇਸ ਸੰਘਰਸ਼ ਵਿੱਚ ਕੁੱਦੇ? ਦੇਖਿਆ ਜਾਵੇ ਤਾਂ ਜੀ ਸਾਡੇ ਤਿੰਨ ਭਰਾ ਸਾਡੇ ਮੇਲੇ ਸੀ ਜੀ, ਆਪਣੇ ਭਾਈ ਸਾਹਿਬ ਬਲਵੰਤ ਭਰਾ ਜੀ, ਉਸ ਤੋਂ ਬਾਅਦ ਰਾਜਵਾਨਾ ਬਲਵੰਤ ਰਾਜਵਾਨਾ ਦੇ ਨਾਲ ਜੀ ਅਸੀਂ ਇਹ ਤ੍ਰਿਪੁਰੀ ਟਾਊਨ ਦੇ ਵਿੱਚ ਬੈਠੇ ਅਸੀਂ ਇਹ ਕਰਾਉਣੀ ਕੀਤੀ ਸੀ ਜੀ, ਸਾਨੂੰ ਜੋ ਸਮਾਰ ਪੱਤਰ ਕਰਾ ਸੀ ਜੀ ਉਹ ਗਵਰਨਮੈਂਟ ਤੋਂ ਜਗਤਾਰ ਸਿੰਘ ਤਾਰੇ ਸੀ ਆਏ ਸਾਡੇ ਕੋਲ ਸਵਾਰੀ ਜੀ,
ਸਾਰੇ ਫਿਰ ਕੰਮ ਨੂੰ ਜਿਹੜਾ ਐਕਸੀਕਿਊਟ ਦੇ ਉੱਤੇ ਚੜਾ ਆ ਅਸੀਂ। ਜੀ जी तुहाडा तुसी तुहाडा योगदान जो इन्हां सिंघां दे नाल मिलके सी, तुहाडा की योगदान इस वेले बनदा सी? तुसी हथियारां दी तैयारी कीती जां तुसी प्लानिंग कीती, जां किस तरह दा तुसी योगदान कीता जी? जी। जी। ते भाई साहब फिर हुण आपां अग्गे वधदे हां, ते अग्गे वधदे होए आपां जानना चाहांगे कि जो बेअंत सिंह हत्याकांड सी ओह किन्नी तरीक नूं किन्ने बजे ते किस तरह दी सिंघां दी प्लानिंग दे नाल सारा होया, असीं सारे कांड दा विस्तार नाल थोड़ा पुछना चाहांगे जी। ਦੇਖੋ ਸਭ ਤੋਂ ਪਹਿਲਾਂ ਡਾਕਟਰ ਅਸੀਂ 30 ਤਰੀਕ ਨੂੰ ਦਿੱਤਾ ਸੀ, 30 ਨੂੰ ਕਿਸੇ ਕਾਰਨ ਅਸੀਂ ਉਹ ਲਿਖੀ ਰਨ ਕਰ ਸਕੇ। ਸੈਕਿੰਡ ਟਾਈਮ ਅਸੀਂ ਦਿੱਤਾ ਫਿਰ 31 ਤਰੀਕ ਨੂੰ ਸੰਜ ਰੱਜ ਕੇ 10 ਵਜੇ ਰਾਤ ਕਰ ਦਿੰਦੇ ਹਾਂ ਜੀ ਜੀ ਕੰਮ ਜਾਂਦਾ ਜੀ। ਤੇ ਅਸੀਂ ਦੇਖਣ ਦੁਆ ਕਰ ਸਕਦੇ ਜੀ। ਹਾਂਜੀ ਹਾਂਜੀ ਭਾਈ ਸਾਹਿਬ, ਇਹ ਜਿਸ ਤਰ੍ਹਾਂ ਤੁਸੀਂ ਇੱਕ ਮਤਲਬ ਐਕਸ਼ਨ ਕੀਤਾ, ਤੇ ਉਸ ਵੇਲੇ ਦੀ ਕੀ ਪਲੈਨਿੰਗ ਸੀ, ਕਿਸ ਤਰ੍ਹਾਂ ਤੁਸੀਂ ਕੀਤਾ, ਪੂਰੇ ਵਿਸਥਾਰ ਦੇ ਨਾਲ ਥੋੜਾ ਸੰਗਤਾਂ ਨੂੰ ਜਾਣਕਾਰੀ ਦਿਓ ਜੀ। ਸਾਰੇ ਨਾਲ ਇੱਕ ਤਰ੍ਹਾਂ ਦਾ ਬਲਾਗ ਸੋਹਣੀ ਨੇ ਤਿਆਰ ਕੀਤਾ ਸੀ ਜੀ। ਜੀ ਸਰ ਠੀਕ ਕਰ ਲਈ ਜੀ ਹਲੇ ਕਰ ਲਈ ਉਹਨੂੰ ਇੱਕ ਤਰ੍ਹਾਂ ਦੀ ਪੰਜ ਵਜੇ ਦੀ ਦੱਸ ਦਿਓ ਦੇਖਣ ਦੇ ਵਿੱਚ ਜੀ ਪੰਜ ਨੌ ਤੋਂ ਲੈ ਕੇ ਇੱਥੇ ਹੋ ਸਾਰੀ 8 ਵਜੇ ਦੀ ਚੱਲ ਕੇ ਸੀ ਇੱਥੋਂ ਸੈਟਲ ਕਰੇ ਉੱਤੇ ਜੀ ਔਨ ਲਈ ਕਿਤੇ ਤੱਕ 1.5 ਮਿੰਟ ਲੱਗ ਗਏ ਜਿਸ ਤਰ੍ਹਾਂ ਜੀ ਉੱਤੇ ਕਾਪਰ ਪਾਸ ਉੱਤੇ ਦਾ ਬਲਾਗ ਸੋਹਣੀ ਨੇ ਤਿਆਰ ਕੀਤਾ ਜੀ ਜੀ ਜਾ ਕੇ ਨੂੰ ਉੱਪਰ ਆ ਕੇ ਪਹਿਲੇ ਤੇ जी ठीक। ते जिस वेले ये सारा कांड हो जाता, जिस वेले एक्शन हो जाता, ते उत्थे सारे नु हत्था पैरें दी पै जांदी है कि सिंघा ने जो बेअंता बुच्चड़ सोध दिता, उस समय तो बाद सिख कौम ते किहो जिहा तशद्दुद होना शुरू होया, और किस तरह तुहाडियां सारे सिंघा दी गिरफ्तारियां होनिया शुरू हुई, ओहदे बारे दे विच असीं जानना चाहांगे। ਕਾਰ ਰਹਿ ਗਈ ਸੀ ਇੱਥੇ ਜੀ ਦਾਸਤੇ ਸੀ ਇਹ ਬੰਦੇ ਨੇ ਕੁਛ ਸ਼ੇਅਰ ਕਰਨੇ ਸੀ ਉਸ ਤੇ ਨਾ ਥੋੜਾ ਸੱਕ ਜਾਂਦਾ ਨਹੀਂ ਕਿ ਰਾਵਰ ਕੇ ਸਾਹਿਬ ਲਾਲ ਸਿੰਘ ਦੀ ਫੈਮਿਲੀ ਤੇ ਉਹ ਨੂੰ ਕਿਤੇ ਬੜਾ ਮਤਾ ਸੀ ਮਿਲ ਗਈ ਸੀ ਕਿ ਇਸ ਤਰ੍ਹਾਂ ਦਾ ਕੰਮ ਕਰਨ ਜਾਣ ਕੇ ਤੇ ਜੀ ਉਹ ਹੋ ਗਿਆ ਜੀ ਜੀ ਸਾਰੇ ਕਹਿੰਦੇ ਕਿ ਆਪ ਹੀ ਸਾਰੇ ਨੇ ਖਾਣੇ ਕਰੀ ਸੀ ਜੀ ਇਸ ਤਰ੍ਹਾਂ ਥੋੜਾ ਜਿਹਾ ਸੱਕ ਦੇ ਵਿੱਚ ਘਿਰੇ ਸੀ ਆਪ ਹੀ ਸਾਡੀ ਨੇ ਗ੍ਰਿਫਤਾਰੀ ਸ਼ੁਰੂ ਹੋ ਗਈ ਸੀ ਜੀ। ਤੇ ਤੁਹਾਡੀ ਗ੍ਰਿਫਤਾਰੀ ਕਦੋਂ ਹੋਈ? ਮੇਰੀ 4 ਤਰੀਕ ਨੂੰ ਤੇ ਜੀ ਸ਼ਹਿਰ ਦਾ ਜੀ ਕਿਹੜਾ ਸੰਨ ਸੀ? ਹਲੋ ਹਲੋ ਹਾਂਜੀ, ਇਹ ਕੀ 4 ਤਰੀਕ ਦਿਨ ਵੀਰਵਾਰ ਤੇ ਸੰਨ ਕੀ ਸੀ ਜੀ? ਦੱਸੋ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਤੁਹਾਡੀ ਗ੍ਰਿਫਤਾਰੀ ਹੋ ਜਾਂਦੀ ਹੈ, ਗ੍ਰਿਫਤਾਰੀ ਹੋਣ ਤੋਂ ਬਾਅਦ ਤੁਹਾਡੇ ਤੇ ਕਿਸ ਤਰ੍ਹਾਂ ਦਾ ਟੋਰਚਰ ਜੋ ਪ੍ਰਸ਼ਾਸਨ ਵੱਲੋਂ ਕੀਤਾ ਗਿਆ, ਕਿਸ ਤਰ੍ਹਾਂ ਦਾ ਤਸ਼ੱਦਦ ਜੋ ਸੀ, ਸਰਕਾਰੀ ਅੱਤਵਾਦ ਦਾ ਤਸ਼ੱਦਦ ਜੋ, ਉਹ ਕਿਸ ਤਰ੍ਹਾਂ ਦਾ ਤੁਸੀਂ ਆਪਣੇ ਸਰੀਰ ਉੱਤੇ ਹੰਡਾਇਆ ਜੀ? ਜੀ 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 ਤੇ ਉਸ ਤੋਂ ਬਾਅਦ ਕਿੰਨਾ ਚਿਰ ਤੋਂ ਤੁਹਾਡੇ ਤੇ ਜੋ ਰਿਮਾਂਡ ਲੈਂਦੇ ਰਹੇ, ਤੇ ਫਿਰ ਕੇਸ ਕਦੋਂ ਚੱਲਿਆ, ਤੇ ਕੇਸ ਦੇ ਬਾਰੇ ਵਿੱਚ ਤੁਹਾਡੇ ਵਕੀਲ ਕੌਣ ਸਨ, ਔਰ ਕਿਸ ਤਰ੍ਹਾਂ ਕੇਸ ਜੋ ਤੁਹਾਡਾ ਸੰਘਰਸ਼ ਅੱਗੇ ਤੱਕ ਚੱਲਦਾ ਰਿਹਾ, ਉਸ ਦੇ ਬਾਰੇ ਵਿੱਚ ਥੋੜੀ ਜਾਣਕਾਰੀ ਡਿਟੇਲ ਵਿੱਚ ਦਿਓ ਜੀ। ਤੇ ਸਾਡੇ ਕੋਲ ਆਈ ਜੀ ਡੀ ਐਸ ਰਾਜ ਜੀ ਤੋਂ ਤੁਹਾਨੂੰ ਦਰਸ਼ਨ ਕਰਕੇ ਮੇਰੇ ਖਿਲਾਫ ਲੈਣ ਦੀ ਕੋਸ਼ਿਸ਼ ਕੀਤੀ ਜੀ। ਚਾਹ ਰਹੀ ਜਾਂਦੇ ਹਾਂ ਜੀ ਜੀ ਸਰਦਾਰ ਜੀ ਦਰਸ਼ਨ ਕੀ ਲਈ ਸਰ ਕੋ ਹਾਂਜੀ 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 ਚਲੋ ਜੀ ਸਰ ਤੋਂ ਇੰਤਜ਼ਾਰ ਕਰਦੇ ਚਲੋ ਪਹਿਲਾਂ ਤਾਂ ਪਹਿਲੇ ਪ੍ਰੋਸੀਜ ਕਿਸੇ ਵਸਤੇ ਦਾ ਡੀ ਐਸ ਰਾਜ ਜੀ ਕੋਲ ਕਿਹੜੇ ਰਹੀ ਸੀ ਸੀ ਫਰਾਂਸ ਵਿੱਚ ਵੀ ਹੈ ਚਾਰ ਅੰਕਾਂ ਤੋਂ ਸੀ ਚਾਰ ਅੰਕਾਂ ਦੀ ਸਾਡਾ 2007 2007 ਤੱਕ ਦਾ ਵਿਚਾਰ ਚਾਰ ਕੋਲ ਸੀ ਜੀ ਸਰ ਕੋਲ ਤੋਂ ਬਾਅਦ ਹਾਈ ਕੋਰਟ ਚਲੇ ਗਿਆ ਜੀ ਉਸ ਤੋਂ ਬਾਅਦ ਥੋੜੀ ਨਿਰਾਸ਼ਾ ਰਹੀ ਕਿ ਉਸ ਨੇ ਪ੍ਰੋਪਰ ਹੁੰਦੀ ਸਪੀਡ ਨਹੀਂ ਜੀ ਜੀ
हेलो जी जी। जी भाई साहब, उस तो कि फिर इसे समय दौरान जिवें कि जदों तुहाडे तुसीं जेल विच चंडीगढ़ सी, बड़ैल जेल दे विच, उस वेले तुहाडे परिवार विचों तुहाडे माता जी ते बाकी परिवारक मैंबर तुहानूं मिलदे रहे, मिल जांदे सी मुलाकात ते? मेरा अपना परिवार ही होगा ठीक है। भाई सुरेंद्र कौर है जो भाई जीजा जी है सरदार जानते हैं कि जी 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 माता जी को भी अच्छा तक आते रहे हैं। जी वो मैं वहाँ से भी काल चलाना काम कर काल चलाना करके सामने हूँ। जी जी तो इन्हें मैं चलने बहुत कष्ट है जी। मेरे को सारे को प्लाट भी लगता है ऐसा भी कोशिश की डेटा से जाएगी तो पहले मेरे जी को सुनिए अगला भी मेरी गैर हाजिरी के वजह से जी ऐसा मैं तक नहीं कह सकती। मैं बड़ी कभी मतलब मेरे सर पे छत भी है जी 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 किन्नी त्रासदी की गल है जी। असीं अपने सारे दर्शकों नूं कहना चाहांगे कि जदों कौम दे किसे भी मसले वास्ते कोई कौमी नौजवान उठ के, कोई जुझारू नौजवान उठ के कोई एक्शन करदे ने ते ओह कौम वास्ते अपना योगदान पाउंदे ने, तो किते ना किते साडा सारिआं दा फर्ज बनदा है कि इन्हां नौजवानां नूं, इन्हां नूं सांभण दे, इन्हां दे परिवारां दे जो असीं सांभीए, साडे जो लीडर ने, जो साडे आगू सिख कौम दे नुमाइंदे, ओह इन्हां दे परिवारां दी सार लैण, तां जो कौम दे नवें नौजवानां, नवीं पीढ़ी दे विच वी इह जोश भरे, तां कि अज जो साडे कौम नूं, सिख कौम नूं विरोधी ताकतां जो दिन ब दिन हमले कर रहियां ने, ते तां जो कौम दे नवें उठे जो योधे सूरवीर उन्हां दा बदला लै सकन ते उन्हां नूं नत्त पाई जा सके। हां जी भाई साहब जी, असीं पुछना चाहांगे कि जिस वेले तुहाडे माता जी दा अकाल चलाना हो गया, उस वेले की हाँ तुहानूं गवर्नमेंट ने, सरकार ने जां प्रशासन ने किसे तर्हां दा कोई ढिल दित्ती कि तुहानूं पैरोल ते जां किसे तरह अंडर सिक्योरिटी भी संस्कार ते आउण दित्ता होवे जां भोग समागम दे विच? जी 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 ਉੱਥੋਂ ਬਾਅਦ ਨਾ ਮੇਰੀ ਮਾਤਾ ਜੀ ਦੀ ਲਾਸ਼ ਵੀ ਲੈ ਕੇ ਆਈ ਸੀ ਚੰਡੀਗੜ੍ਹ ਜੇਲ੍ਹ ਦੇ ਵਿੱਚ। ਉਹਨਾਂ ਨੇ ਇਨਕਾਰ ਕਰਤਾ ਜੀ ਤੇਰਾ ਦਿਖਾਉਣ ਤੇਰਾ ਦਿਖਾਉਣ ਤੋਂ ਇਨਕਾਰ ਕਰਤਾ ਜੀ ਤੇ ਲਾਸ਼ ਦੇ ਦਰਸ਼ਨ ਕਰਨ ਤੋਂ ਵੀ ਇਨਕਾਰ ਕਰਤਾ। ਨਹੀਂ ਨਹੀਂ ਅਸੀਂ ਨਹੀਂ ਇਹ ਲਾਉ ਕਰਦੇ। ਜੀ ਫਿਰ ਕਿ ਹਾਈ ਕੋਰਟ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਹੀ ਪਾਸ ਕਰਨ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਪਾਸ ਜੀ ਕਰਨ ਦੀ ਜਾਇਜ਼ ਪੰਜ ਦਿਨ ਦੀ ਲਾਉ ਕੀਤਾ ਜੀ। ਜੀ ਇਹ ਤਾਂ ਤਰਾਸਦੀ ਰਹੀ ਵੀ ਉਸ ਤੋਂ ਬਾਅਦ ਸੁਪਰੀਮ ਕੋਰਟ ਦੀ ਪਹੁੰਚ ਕੀਤੀ ਇਸ ਸੰਬੰਧ ਵਿੱਚ ਜੀ ਉਹਨਾਂ ਨੇ ਵੀ ਇਨਕਾਰ ਕਰਤਾ। ਇਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਸਿੱਖਾਂ ਨਾਲ ਸਰਕਾਰ ਦੀ ਹੋਈ ਜਿਸ ਤਰ੍ਹਾਂ ਦਾ ਕੀ ਕਿਸੇ ਦਾ ਦਾਤਾ ਦੀ ਕੀ ਕੀ ਲੋਕਾਂ ਨੇ ਸਿੱਖਾਂ ਨੂੰ ਸੈਕਿੰਡ ਦੇ ਦਰਜੇ ਦਾ ਕੀ ਕਰ ਲੈਂਦਾ ਜਾਂਦਾ। ਪਰ ਮੈਂ ਕਹਣਾ ਚਾਹੂੰਗਾ ਕਿ ਮਤਲਬ ਕਿ ਤੁਸੀਂ ਸੈਕਿੰਡ ਨਹੀਂ ਤੁਹਾਨੂੰ ਕਦੇ ਕਦੇ ਪੰਜ ਨੂੰ ਛੇ ਨੂੰ ਦਰਜੇ ਉੱਤੇ ਵੀ ਕਿਸੇ ਉੱਤੇ ਦਰਜੇ ਵਿੱਚ ਨਹੀਂ ਆਉਂਦੇ ਹੋ ਪੰਜ ਨੂੰ ਛੇ ਨੂੰ ਦਰਜੇ ਵਿੱਚ ਨਹੀਂ ਜਿਸ ਤੇ ਸਰਕਾਰ ਤੁਹਾਨੂੰ ਨਾਲ ਦੇ ਕ੍ਰੀਡੀ ਕਰ ਰਿਹਾ ਤੇ ਸ਼ੋਸ਼ ਕਰ ਰਿਹਾ ਤੇ ਕੋਈ ਵੀ ਸਰਕਾਰ ਨੂੰ ਹਾਰਮ ਨਹੀਂ ਪਹੁੰਚਦਾ ਨੁਕਸਾਨ ਪਹੁੰਚਾ ਲੈਂਦਾ। जी भाई साहब, ते उस तो बाद जदों माता जी दे अंतिम अरदास सी, उस विच भी तुसीं शामिल शायद नहीं होए सी, ते उस वेले नहीं भी नहीं जी, ते उस तो बाद तुहाडे परिवार ते काफी कष्ट, जो सरकारी एजेंसियां वालों भी, प्रशासन वालों भी, तुहाडे प्रचार, तुहाडे परिवार तों काफी परेशान नहीं परेशान कीता गया, ते इस वेले भी जो परिवार दे हालात ने, उस सिख संगत दे सामने ने, नाजुक ने। सो किन्नियां के जथेबंदियां ने इस पूरे संघर्ष दे विच तुहाडा साथ दित्ता, जां कि आर्थिक पक्षों किसे ने कोई जिम्मेवारी चक्की होवे? जी 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 सिख कौम नाल शुरू तों हुण तक धक्के हुंदे रहे आ, इहदे विच कितने कितने साडे कौम दे आगू कहाउण वाले नुमाइंदिआं दा
ਬਹੁਤ ਇੱਕ ਅਹਿਮ ਰੋਲ ਹੈ ਕਿ ਉਹ ਉਹਨਾਂ ਦਾ ਸਾਥ ਦੇ ਰਹੇ ਨੇ, ਜਿਹਦੇ ਕਰਕੇ ਕਿ ਸਾਡੇ ਜੋ ਯੋਧੇ ਨੇ ਇਹਨਾਂ ਨੂੰ ਤੇ ਸਾਡੀ ਕੌਮ ਨੂੰ, ਕੌਮ ਦੀ ਤ੍ਰਾਸਦੀ ਹੈ ਜੋ ਅਸੀਂ ਅੱਜ ਇਹ ਬੁਰੇ ਵਕਤ ਦੇ ਵਿੱਚੋਂ ਲੰਘ ਰਹੇ ਹਾਂ ਜੀ। ਤੇ ਭਾਈ ਸਾਹਿਬ ਅਸੀਂ ਪੁੱਛਣਾ ਚਾਹਾਂਗੇ ਕਿ ਜਿਸ ਵੇਲੇ ਤੁਸੀਂ ਜੇਲ੍ਹ ਦੇ ਬੜੈਲ ਜੇਲ੍ਹ ਵਿੱਚ ਸੀ, ਕੀ ਇਸ ਕੇਸ ਦੇ ਨਾਲ ਸਾਰੇ ਸੰਬੰਧਿਤ ਭਾਈ ਹਵਾਰਾ ਜੀ, ਭਾਈ ਤਾਰਾ ਜੀ ਤੇ ਭਾਈ ਪਰਮਜੀਤ ਸਿੰਘ ਭਿਓਰਾ ਤੇ ਭਾਈ ਬਲਵੰਤ ਸਿੰਘ ਰਾਜੋਣਾ, ਸਾਰੇ ਸਿੰਘ ਕੀ ਤੁਸੀਂ ਇਕੱਠੇ ਇੱਕ ਹੀ ਜੇਲ੍ਹ ਵਿੱਚ ਬੰਦ ਹੋ ਜਾਂ ਤੁਸੀਂ ਅਲੱਗ ਅਲੱਗ ਜਗ੍ਹਾ ਤੇ ਬੰਦ ਹੋ? ਅਲੱਗ ਅਲੱਗ ਬਣਤੀ ਜੀ ਠੀਕ। ਤੇ ਪਿਛਲੀ ਵਾਰ ਜਦੋਂ ਤੁਸੀਂ ਪੈਰੋਲ ਤੇ ਆਏ ਤੇ ਕਿੰਨੇ ਚਿਰ ਬਾਅਦ ਆਏ? ਉਸ ਤੋਂ ਪਹਿਲੇ ਮੈਂ ਪੁੱਛਣਾ ਚਾਹਾਂਗਾ ਕਿ ਪਹਿਲੀ ਵਾਰ ਤੁਸੀਂ ਪੈਰੋਲ ਤੇ ਕਿੰਨੇ ਸਾਲ ਬਾਅਦ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ? ਠੀਕ। ਤੇ ਹੁਣ ਤੱਕ ਤੁਸੀਂ ਕਿੰਨੀ ਵਾਰ ਪੈਰੋਲ ਤੇ ਆ ਚੁੱਕੇ ਹੋ? ਠੀਕ ਹੈ ਜੀ। ਜਦੋਂ ਤੁਸੀਂ ਪਿਛਲੀ ਵਾਰ ਪੈਰੋਲ ਤੇ ਆਏ ਹੋਏ ਸੀ ਤੇ ਉਸ ਵੇਲੇ ਜੋ ਪੰਥਕ ਪਾਰਟੀਆਂ ਵੱਲੋਂ ਸਰਬੱਤ ਖਾਲਸਾ ਚੱਬੇ ਦੀ ਧਰਤੀ ਵਿੱਚ ਕੀਤਾ ਗਿਆ, ਉਸ ਵਿੱਚ ਲਏ ਗਏ ਜਿੰਨੇ ਮਤੇ, ਉਹ ਸਾਰੇ ਮਤਿਆਂ ਦੇ ਨਾਲ ਕੀ ਤੁਸੀਂ ਸਹਿਮਤ ਹੋ? ਜੀ 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 ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ ਕਿ ਹੁਣ ਤੁਸੀਂ ਚੌਥੀ ਵਾਰ ਪੈਰੋਲ ਤੇ ਆਏ ਹੋ, ਤੇ ਜੋ ਪੈਰੋਲ ਤੇ ਆਉਣ ਦਾ ਸਿਲਸਿਲਾ ਹੁੰਦਾ ਕਿ ਇਸ ਦੇ ਕਿੰਨਾ ਕੁ ਟਾਈਮ ਲੱਗ ਜਾਂਦਾ ਜਦੋਂ ਅਸੀਂ ਇੱਕ ਵਾਰ ਅਰਜ਼ੀ ਦਰਖਾਸਤ ਜਾਂ ਅਰਜ਼ੀ ਦਿੰਦੇ ਹਾਂ ਕਿ ਅਸੀਂ ਪੈਰੋਲ ਤੇ ਜਾਣਾ, ਤੇ ਉਸ ਵਾਸਤੇ ਕੁਝ ਸਿਕਿਉਰਿਟੀ ਵਗੈਰਾ ਵੀ ਰੱਖੀ ਜਾਂਦੀ ਹੈ ਜਾਂ ਕਿਸ ਤਰ੍ਹਾਂ ਇਹ ਸਾਰਾ? ਜੀ 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 ਤੇ ਸੋਸ਼ਲ ਮੀਡੀਆ ਦੇ ਉੱਤੇ ਪੜ੍ਹਨ ਨੂੰ ਮਿਲਿਆ ਕਿ ਤੁਹਾਨੂੰ ਹਫ਼ਤੇ ਵਿੱਚ ਇਸ ਵਾਰ ਪੈਰੋਲ ਤੇ ਆਉਣ ਤੋਂ ਬਾਅਦ ਹਫ਼ਤੇ ਵਿੱਚ 2 ਵਾਰ ਜੋ ਹੈ ਉਹ ਥਾਣੇ ਜਾ ਕੇ ਹਾਜ਼ਰੀ ਲਵਾਉਣੀ ਜ਼ਰੂਰੀ ਹੈ, ਕੀ ਇਹ ਗੱਲ ਸੱਚ ਹੈ ਜੀ? ਹੈਲੋ ਹੈਲੋ। ਹਾਂਜੀ ਭਾਈ ਸਾਹਿਬ, ਸੋਸ਼ਲ ਮੀਡੀਆ ਦੇ ਉੱਤੇ ਇੱਕ ਗੱਲ ਵੇਖਣ ਨੂੰ ਮਿਲੀ ਕਿ ਉਸ ਵਿੱਚ ਮੈਂ ਪੜ੍ਹਿਆ ਕਿ ਤੁਹਾਨੂੰ ਪੈਰੋਲ ਤੇ ਆਉਣ ਤੋਂ ਬਾਅਦ ਹਫ਼ਤੇ ਵਿੱਚ 2 ਵਾਰ ਜੋ ਹੈ ਉਹ ਜੇਲ੍ਹ ਜਾ ਕੇ ਹਾਜ਼ਰੀ ਜੋ ਨਜ਼ਦੀਕੀ ਥਾਣੇ ਦੇ ਵਿੱਚ ਜਾਂ ਉਹ ਤੁਹਾਨੂੰ ਹਾਜ਼ਰੀ ਦਿਵਾਉਣੀ ਜ਼ਰੂਰੀ ਹੈ, ਕੀ ਇਹ ਗੱਲ ਸੱਚ ਹੈ ਜੀ? ਠੀਕ। ਇੰਨੀ ਸਿਕਿਉਰਿਟੀ ਤੁਹਾਡੇ ਘਰ ਦੇ ਬਾਹਰ ਵੀ ਹੈ, ਉਸ ਤੋਂ ਬਾਅਦ ਵੀ ਇਹ ਕਿਤੇ ਨਾ ਕਿਤੇ ਸਿੱਖਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ, ਜਾਂ ਤਾਂ ਉਹਨਾਂ ਨੂੰ ਆਪਣੀ ਸਿਕਿਉਰਿਟੀ ਦੇ ਉੱਤੇ ਯਕੀਨ ਨਹੀਂ ਜੋ ਤੁਹਾਡੇ ਘਰ ਦੇ ਬਾਹਰ ਬੈਠੇ ਹੋਏ ਨੇ ਕਿ ਆਖਰ ਅੰਡਰ ਸਿਕਿਉਰਿਟੀ ਤੁਸੀਂ ਪੈਰੋਲ ਉੱਪਰ ਹੋ। ਤੇ ਜੀ ਉਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਬਾਪੂ ਸੂਰਤ ਸਿੰਘ ਦੀ। ਬਾਪੂ ਸੂਰਤ ਸਿੰਘ ਨੇ ਕਾਫੀ ਲੰਬੇ ਸਮੇਂ ਤੋਂ ਜੋ ਸੰਘਰਸ਼ ਵਿੱਢਿਆ ਹੋਇਆ ਕਿ ਉਹ ਬਿਨਾਂ ਕੁਛ ਖਾਧੇ ਪੀਤੇ ਅੱਜ ਕਾਫੀ ਅਰਸਾ ਹੋ ਚੁੱਕਾ ਉਹਨਾਂ ਨੂੰ, ਤੇ ਉਹਨਾਂ ਦੇ ਸਰੀਰਕ ਹਾਲਾਤ ਵੀ ਜੇ ਬਹੁਤ ਨਾਜ਼ੁਕ ਨੇ, ਤੇ ਉਸ ਦੇ ਬਾਰੇ ਵਿੱਚ ਕਿੱਥੇ ਤੱਕ ਉਹਨਾਂ ਦਾ ਸੰਘਰਸ਼ ਅੱਗੇ ਵਧਿਆ, ਉਸ ਦੇ ਨਾਲ ਕੀ ਜੋ ਜੇਲ੍ਹਾਂ ਦੇ ਅੰਦਰ ਸਿੰਘ ਨੇ ਉਹਨਾਂ ਨੂੰ ਕੋਈ ਫਰਕ, ਉਹਨਾਂ ਦੇ ਕੇਸਾਂ ਦੇ ਵਿੱਚ ਕੋਈ ਫਰਕ ਦੇਖਣ ਨੂੰ ਨਜ਼ਰ ਆਇਆ ਜਾਂ ਕਿਸ ਤਰ੍ਹਾਂ? ਜੀ ਉਹਨਾਂ ਦੇ ਪਰਿਵਾਰ ਨਾਲ ਤੇ ਉਹਨਾਂ ਦੇ ਨਾਲ ਵੀ ਜੋ ਸਰਕਾਰੀ ਏਜੰਸੀਆਂ ਵੱਲੋਂ, ਖੁਫੀਆ ਤੰਤਰ ਵੱਲੋਂ ਕਾਫੀ ਜੋ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ, ਜਿਵੇਂ ਕਿ ਉਹਨਾਂ ਦੇ ਬੇਟੀ ਦੇ
ਪਤੀ ਸਾਹਿਬ ਨੂੰ ਵੀ ਬਾਹਰ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਦੇ ਪਰਿਵਾਰ ਉੱਤੇ ਬਾਪੂ ਜੀ ਦੇ ਸੰਘਰਸ਼ ਨੂੰ ਵੀ ਕਾਫੀ ਰੋਲਣ ਦਾ ਯਤਨ ਕੀਤਾ ਜਾ ਰਿਹਾ ਸਰਕਾਰੀ ਏਜੰਸੀਆਂ ਵੱਲੋਂ, ਉਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਖੋਜ ਇਸ ਮਿਸ਼ਨ ਨੂੰ ਸਫਲ ਕਰਨ ਦੇ ਵਿੱਚ ਲੱਗੀ ਹੋਈ ਹੈ। ਉਸ ਤੋਂ ਪਹਿਲਾਂ ਤਾਂ ਭਾਈ ਸੁਰਿੰਦਰ ਸਿੰਘ ਭੋਲਾ ਜੀ ਬਾਪੂ ਜੀ ਨੂੰ ਬਿਮਾਰੀ ਦਾ ਉਹਨਾਂ ਦੀ ਡੈਥ ਹੋ ਜਾਂਦੀ ਹੈ ਅਮਰੀਕਾ ਦੇ ਵਿੱਚ ਗੱਲ ਕਰਨ ਦੇ ਵਿੱਚ। ਔਰ ਉਸ ਤੋਂ ਬਾਅਦ ਅੱਜ ਆਹ ਲੇਟ ਐਕਟ ਨੂੰ ਬਾਬਾ ਜੀ ਦੇ ਵੱਡੇ ਬ੍ਰਦਰ ਸਨ ਭਾਈ ਸਾਹਿਬ ਸਨ ਉਹ ਸਰਕਾਰ ਚਲਾਉਣਾ ਕਰਦੇ ਕਿਆ ਪਾਈ ਮਿਲਦੀ ਹੈ, ਮੈਂ ਕਿਹਾ ਅਸੀਂ ਪੇਪਰ ਨੂੰ ਪੜ੍ਹ ਵੀ ਦਿਆਂਗੇ ਜੀ। ਉਹਨਾਂ ਨੇ ਪਰਮੇਸ਼ਰ ਮੰਗੀ ਨੂੰ ਠੀਕ ਹੈ ਕਿ ਅਗਲੇ ਜੇ ਮੈਂ ਹਲੇ ਪਹਿਲਾਂ ਆਖਿਆ ਵੀ ਸਾਨੂੰ ਲਾਸਟ ਦਰਸ਼ਨ ਤਾਂ ਕਰ ਲੈਣਗੇ ਜੀ, ਰੰਗ ਵੀ ਜ਼ਿਆਦਾ ਸਿਆਣ ਸਰਕਾਰ ਆ ਅਸੀਂ ਜਿਹੜੀ ਸਰਕਾਰ ਆ ਉਹਨੇ ਉਹ ਵੀ ਇਨਕਾਰ ਕਰਤਾ ਕਹਿੰਦੇ ਮੋਦੀ। ਔਰ ਦੋਨੋਂ ਹੀ ਬਾਬਾ ਵੀਰ ਸਿੰਘ ਜੀ ਔਰ ਭਾਈ ਉਹਨਾਂ ਦੇ ਭਾਈ ਸਾਹਿਬ ਉੱਥੇ ਡੀ ਐਮ ਸੀ ਦਾਖਲ ਨੇ ਦੇਖੋ ਕਿੰਨਾ ਕਰ ਰਹੀ ਜਾਂ ਮਿੱਤਰਾਂ ਦੀ ਜੀ ਇਹ ਅਸੀਂ ਸੂਰਤ ਦੇ ਖਿਲਾਫ ਹਿੰਦੁਸਤਾਨ ਦੀ ਹਿੰਦੁਸਤਾਨ ਦੀ ਡੈਮੋਕ੍ਰੇਸੀ ਹਿੰਦੁਸਤਾਨ ਦੀ ਲੋਕਤੰਤਰ ਕਹਿੰਦੇ ਕਰਪਟ ਹੋ ਗਈ ਪਰ ਮੈਂ ਕਹਿੰਦਾ ਉੱਥੇ ਜੇ ਕਹਿੰਦਾ ਉਹਨਾਂ ਨੂੰ ਦੁਨੀਆ ਦੀ ਸਭ ਤੋਂ ਵੱਡੀ ਕਰਪਟ ਲੋਕਤੰਤਰ ਆਪਣੇ ਲੋਕਾਂ ਨੂੰ ਇਨਸਾਫ਼ ਨਹੀਂ ਦੇ ਸਕਦੀ ਜੀ ਜੀ ਇਸੇ ਕਰਕੇ ਜਦੋਂ ਡਾਕਟਰ ਅਮਰ ਇਕਬਾਲ ਨੇ ਲਿਖਿਆ ਸੀ ਕਿ ਹਿੰਦੁਸਤਾਨ ਹਮਾਰਾ ਹਮਾਰਾ ਸਾਰੇ ਜਹਾਂ ਸੇ ਅੱਛਾ, ਜਦੋਂ ਉਸਨੂੰ ਵੀ ਇਹ ਸਾਰਾ ਕੁਛ ਦੇਖਣ 'ਚ ਸਾਹਮਣੇ ਆਇਆ ਤੇ ਉਹ ਵੀ ਇਹ ਲਿਖਣ ਤੇ ਮਜਬੂਰ ਹੋ ਗਿਆ ਕਿਤੇ ਨਾ ਕਿਤੇ ਕਿ ਅਬ ਤੋ ਸ਼ਰਮ ਸੀ ਆਤੀ ਆਤੀ ਹੈ ਇਸ ਮੁਲਕ ਕੋ ਆਪਣਾ ਮੁਲਕ ਕਹਤੇ ਹੋਏ। ਸੋ ਘੱਟ ਗਿਣਤੀਆਂ ਨਾਲ ਤੇ ਖਾਸ ਕਰਕੇ ਸਿੱਖਾਂ ਨਾਲ ਜੋ ਧੱਕਾ ਇਸ ਦੇਸ਼ ਵੱਲੋਂ ਕੀਤਾ ਜਾ ਰਿਹਾ, ਜੋ ਹਕੂਮਤਾਂ ਵੱਲੋਂ ਕੀਤਾ ਜਾ ਰਿਹਾ ਤੇ ਜੋ ਇਸ ਵੇਲੇ ਪੰਜਾਬ ਸਰਕਾਰ ਦਾ ਰਵੱਈਆ, ਉਹ ਜੋ ਸਾਡੇ ਸਿੱਖ ਕੈਦੀ ਜੇਲ੍ਹਾਂ ਵਿੱਚ ਬੈਠੇ ਨੇ ਉਹਨਾਂ ਦੇ ਪ੍ਰਤੀ ਕੀ ਆ, ਕੀ ਸਰਕਾਰ ਪੰਜਾਬ ਸਰਕਾਰ ਜੋ ਹੈ ਉਹ ਜੋ ਸਿੱਖ ਕੈਦੀ ਨੇ ਇਹਨਾਂ ਦੀ ਰਿਹਾਈ ਵਾਸਤੇ ਕੋਈ ਉਪਰਾਲਾ ਕਰਨ ਦੇ ਸਮਰੱਥ ਹੈ ਜਾਂ ਨਹੀਂ? ਦੇਖੋ ਵੀ ਵੈਰੀ ਫ੍ਰੈਂਕਲੀ ਐਂਡ ਆਨੈਸਟਲੀ ਬੜੀ ਇਮਾਨਦਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ। ਜਿਸ ਤਰ੍ਹਾਂ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ ਉਹ ਕੋਰਟ ਦੀ ਬਿਲਕੁਲ ਨਹੀਂ ਹੈ ਜੀ, ਉਹ ਤੋਂ ਬਾਅਦ ਰਹੇ ਕੋਈ ਗ੍ਰੁੱਪ ਪ੍ਰੈਸ਼ਰ ਗ੍ਰੁੱਪ ਨੂੰ ਪ੍ਰੈਸ਼ਰ ਗ੍ਰੁੱਪ ਨੇ ਵਾਪਸ ਡਾਕਟਰ ਸੂਰਤ ਸਿੰਘ ਜੀ ਦਾ ਨਾਮ ਰੱਖਿਆ ਤੇ ਜਿਹੜੇ ਹੋਰ ਜਿੱਥੇ ਬੰਦੇ ਨੇ ਬੈਠੇ ਉਹਨਾਂ ਦੀ ਵੀ ਸ਼ਿਕਾਇਤ ਆ ਵੀ ਉਹ ਵੀ ਪ੍ਰੋਪਰ ਡਾਕਟਰ ਜੀ ਦੇ ਸੰਘਰਸ਼ ਨੂੰ ਪੂਰੀ ਜਿਹੜੀ ਹੈਗੀ ਉਹ ਸਾਥ ਨਹੀਂ ਦਿੰਦੇ ਹੈਗੇ, ਮੋਢਾ ਨਹੀਂ ਦਿੰਦੇ ਹੈਗੇ ਜੀ। ਆਪਣੀ ਹੀ ਹਿੰਦੁਸਤਾਨ ਹਮਾਰਾ ਸਾਰੇ ਜਹਾਂ ਸੇ ਅੱਛਾ ਇਹ ਲੋਕ ਵੀ ਕਰਦੇ ਨੇ ਆਪਣੀ ਕਿਸ ਆਪ ਹੀ ਪਾਈ ਜਾਂਦੀ ਹੈ ਆਪਣੀ ਕਿਸ ਆਪ ਹੀ ਪਾਈ ਜਾਂਦੀ ਜੀ ਜੀ ਦੇਖੋ ਸ਼ਾਦਾ ਜੀ ਤਾਂ ਹੁੰਦੀ ਹੈ ਜਦ ਕੋਈ ਗੁਆਂਢੀ ਤੁਹਾਨੂੰ ਕਹੇ ਤੁਹਾਡਾ ਲੇਬਰ ਕਹੇ ਬੋਲਾ ਥੋੜਾ ਆਮ ਤੇ ਕਹੇ ਤੇ ਗੁਆਂਢ ਤੇ ਕਹੇ ਵਕਤ ਯਾਰ ਚੱਲਦਾ ਕੰਮ ਕੀਤਾ ਹੈ ਨਾ ਜੀ ਜੀ ਫਿਰ ਏਸ਼ੀਆ ਵਿੱਚ ਲਾ ਲਓ ਜਾਂ ਯੂਰਪ ਵਿੱਚ ਲਾ ਲਓ ਜਾਂ ਤੁਸੀਂ ਇੰਡੀਆ ਦੀ ਜੋ ਖਾਸ ਹੈ ਉਹ ਕੋਈ ਵੀ ਅੱਛੀ ਨਹੀਂ ਹੋਈ ਠੀਕ ਹੈ ਲੋਕ ਸੱਚਾ ਸੇ ਤੁਹਾਰੇ ਨੇ ਕਾਲਜ ਤੁਹਾਰੇ ਨੇ ਪਰ ਬਿਲਕੁਲ ਜੀਵਨ ਦੀ ਗੱਲ ਹੈ ਜਸਟਿਸ ਦੀ ਗੱਲ ਹੈ ਇਨਸਾਫ਼ ਦੀ ਗੱਲ ਹੈ ਉਹ ਬਿਲਕੁਲ ਨਹੀਂ ਹੈ ਸੱਚੀ ਜੋ ਕੰਮ ਕਰਕੇ ਦਿੱਤੇ ਜੀ ਤੇ ਜਿਵੇਂ ਮਰਜ਼ੀ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾ ਲੈਣ ਜਿਵੇਂ ਮਰਜ਼ੀ ਮਰਜ਼ੀ ਮੋਟਰੀ ਰੱਖ ਲੈਣ ਪਰ ਜੇ ਉਹ ਇੰਟਰਨੈਸ਼ਨਲ ਲੈਵਲ ਤੇ ਜੀਵਨ ਰੱਖੀ ਜਾਂਦਾ ਹੈ ਤਾਂ ਸਿਵਲਾਈਜੇਸ਼ਨ ਦੀ ਗੱਲ ਆਉਂਦੀ ਹੈ ਕਿ ਸਭ ਤੋਂ ਲੋਕਾਂ ਦਾ ਸਭ ਤੋਂ ਵੱਡਾ ਜਾਗਰੂਕ ਲੋਕਾਂ ਤੇ ਉਹ ਵੀ ਕੋਈ ਗੱਲ ਮੈਨੂੰ ਨਜ਼ਰ ਨਹੀਂ ਆਈ ਜੀ ਸਾਲ ਦੇ 20 ਸਾਲ ਦੇ ਵਿੱਚ ਜੀ ਨਾਲ ਸਾਡੇ ਕੋਈ ਗੱਲ ਨਹੀਂ ਸੀ ਉਹ ਵੀ ਉਹਨੇ ਕਲਾਸ ਹੋ ਚੁੱਕੇ ਨੇ ਉਹ ਵੀ ਦੇਖ ਰਿਹਾ ਹੈ ਕਿ ਇਹ ਕੋਈ ਨੁਕਸਾਨ ਦੀ ਗੱਲ ਨਹੀਂ ਹੈ ਉਹ ਵੀ ਚੱਲਣ ਦੇ ਹੀ ਰਹੇ ਨੇ ਜੀ। ਸਿੱਖਾਂ ਦਾ ਸੁਪਰੀਮ ਇਹ ਕਿਹੜੀ ਬਤੀ ਹੈ ਜਿਹੜੇ ਜਿਹੜੇ ਵੀਰ ਬਾਹਰ ਦੇ ਚਲੇ ਗਏ ਤੁਸੀਂ ਇੱਥੇ ਪੰਜਾਬ ਜਾਂ ਯੂਰਪ ਦੇ ਕੰਪਨੀ ਦੇ ਇੱਥੇ ਆਰਮੀ ਦੇ ਇੱਥੇ ਇਹਨਾਂ ਨੂੰ ਹਜੇ ਕਿਉਂ ਹੈ ਉਹ ਦਰਦ ਹੈ ਮੈਨੂੰ ਕਿ ਮੈਨੂੰ ਪੇਨ ਹੈ ਜਾਂ ਸਾਡੀ ਅਰੇਂਜ ਨੇ ਸਾਡੇ ਜਿਹੜਾ ਜਿਵੇਂ ਤੁਸੀਂ ਜਿਹੜੇ ਇੰਟਰਵਿਊ ਕਰ ਲਓ ਸਾਡੀ ਮੈਂ ਅਰਦਾਸ ਕਰ ਲਓ ਸੱਚੇ ਤੌਰ ਤੇ ਜੀ ਤੁਹਾਡੇ ਚੈਨਲ ਨੂੰ ਹਮੇਸ਼ਾ ਹੀ ਬੇਨ ਬੇਨ ਜਿਹੜੀ ਰਾਜ ਚੈਨਲ ਤੇ ਰੱਖੀ ਹੋਵੇ ਔਰ ਤੁਸੀਂ ਆਪਣੇ ਘਰ ਹੋਵੇ ਜੀ ਤੁਸੀਂ ਕਿਹਾ ਤਾਂ ਮੇਰਾ ਸਾਡੀ ਸਾਡਾ ਹੋ ਰਿਹਾ ਹੁੰਦਾ ਜੀ ਅਸੀਂ ਜਾ ਕੇ ਕੁਛ ਦਾ ਕਰ ਜੀ। ਜੋ ਸਿੱਖਾਂ ਦੀ ਸੁਪਰੀਮ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ, ਕੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਜੋ ਸਿੱਖ ਕੈਦੀ ਨੇ ਜੋ ਸਿੱਖ ਕੈਦੀ ਨੇ ਜਾਂ ਸਿੱਖ ਸਿਆਸੀ ਕੈਦੀ ਨੇ ਇਹਨਾਂ ਦੇ ਬਾਰੇ ਵਿੱਚ ਕੋਈ ਹਾਂ ਦਾ ਨਾਰਾ ਮਾਰਿਆ ਗਿਆ ਹੋਵੇ ਜਾਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕੁਛ ਕਿਹਾ ਗਿਆ ਹੋਵੇ ਕਿ ਇਹਨਾਂ ਦੇ ਕੇਸਾਂ ਬਾਰੇ ਜੋ ਵੀ ਹੈ ਨਰਮੀ ਵਰਤੋਂ ਜਾਂ ਇਹਨਾਂ ਨੂੰ ਰਿਹਾਅ ਕਰਨ ਬਾਰੇ ਕੁਛ ਇਹੋ ਜਿਹਾ ਕੀਤਾ ਗਿਆ? ਬਿਲਕੁਲ
ਭਾਈ ਸਾਹਿਬ ਸਾਡੇ ਪ੍ਰੋਗਰਾਮ ਦਾ ਸਮਾਂ ਲਗਭਗ ਹੋਣ ਵਾਲਾ ਹੈ ਜੀ, ਤੁਸੀਂ ਜਾਂਦੇ ਜਾਂਦੇ ਕੋਈ ਕੌਮ ਨੂੰ ਨੌਜਵਾਨਾਂ ਨੂੰ ਕੁਝ ਸੰਦੇਸ਼ ਦੇਣਾ ਚਾਹੋਗੇ ਜੀ? ਅਸੀਂ ਕੌਮੀਕਰ, ਜਿਵੇਂ ਕਿ ਆਪ ਸੰਗਤਾਂ ਨੂੰ ਪਤਾ ਹੈ ਕਿ ਅਸੀਂ ਕੌਮੀਕਰ ਚੈਨਲ ਬਹਿਰੀਨ ਜੋ ਕਿ ਗਰਭ ਦੇਸ਼ ਹੈ ਉੱਥੋਂ ਨੌਜਵਾਨਾਂ ਦੇ ਸਹਿਯੋਗ ਨਾਲ ਚਲਾ ਰਹੇ ਹਾਂ, ਅਤੇ ਕੌਮੀਕਰ ਮੀਡੀਆ ਚੈਨਲ 'ਤੇ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ, ਸਾਡੇ ਨਾਲ ਜੁੜ ਸਕਦੇ ਹੋ। ਸਾਡੀ ਫੇਸਬੁੱਕ ID ਹੈ comikar.84@gmail.com, ਅਤੇ ਇਹੀ ਸਾਡੀ ਈਮੇਲ ID ਵੀ ਹੈ, ਅਤੇ ਸਾਡੇ ਨਾਲ ਵੈਬਸਾਈਟ 'ਤੇ ਤੁਸੀਂ ਲੌਗਇਨ ਕਰ ਸਕਦੇ ਹੋ www.comikar.org। ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਨਾਲ ਜੋ ਸਮਾਂ ਕੱਢਿਆ, ਸਾਡੇ ਲਈ ਸਮਾਂ ਕੱਢਿਆ, ਉਸ ਲਈ ਅਸੀਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।